नमस्कार दोस्तों, मैं निधि चुगला के हाजिर हाँ। 28 जून 2019 दिन शुक्रवार का राशिफल। पर राशिफल शुरू करने तो पहला एक सूचना उन्होंने वास्ते जेडे कि विदेश जाना चाहते ने पर अपनी फाइल लगा तो डर रहे ने कि किते उन्हां दी फाइल ते रिफ्यूजल का ठप्पा ना लग जाए या फिर उन्होंने इस गल का डर लगता है कि उन्होंने बार बार हो रहे रिफ्यूजल केसिस उन्होंने होर परेशानी का कारण ना बन जाए। साडे कोलों तुहाडी इस समस्या का हल हैगा। तुसी साडे इस प्रोग्राम नू एंड तक वेखना ना भुलना अपने इस समस्या दे हल नू जानन लई। फिलहाल असी शुरुआत करदे हां साडी अज दी 12 राशियां दे राशिफल दे नाल। सब तो पहला गल करदे हां एरीज यानी मेष राशि दी। तुसी अपनी आदतां कारण परेशान हो सकदे हो, तुहानू उहनां ते नियंत्रण करन दी लोड़ है। ओपन ते फ्री माइंड नाल तुसी अज सफलता प्राप्त कर सकदे हो। जे तुसी आज कोई भी कारोबार शुरू करना चाहते हो ता जा फिर कोई काम पूरा करना चाहते हो ता उस लई जो भी योजना तुसी बनाई है उस विच तुसी सफल होवोगे। आज तुहाडे लई स्वै विश्लेषण यानी सेल्फ एनालिसिस दा दिन है। ते हुण गल करदे आं वृषभ यानी टॉरस राशि वालियां दी। आज तुहाडे मन विच परेशानी अते तनाव बनिया रहेगा, इसलिए आज तुहानू विवादां तो परहेज करना चाहिदा है। किसी भी खास चीज नू सेल या परचेज करन तो बचो अते आज उधार लैण या फिर पैसे उधार देन तो परहेज करो। जे तुसी कर सकदे हो तां लंबे समय तो बकाया रकम दा भुगतान करन दी कोशिश करो। नवे प्रोजेक्टां दी शुरुआत करन तो बचो। इवन इफ इट गैट्स यू द इंप्रेशन डेट एवरीथिंग सीम्स ओके, अपने रवैये अते वतीरे ते नियंत्रण रखो। हुण गल करदे आं मिथुन यानी जेमिनाई राशि वालियां दी। आज तुसी सिख्या ते ज्ञान दे खेतर विच सफलता प्राप्त करोगे। तुसी अपने बच्चियां दी संगत विच खुश हो सकदे हो। तुसी किसे व्यक्ति दी मदद भी हासिल कर सकदे हो। एक वड्डे भरा दे रूप विच अपने छोटे भरा ते भैणा प्रति अपनी जिम्मेदारी चुको। ਇਹ ਤੁਹਾਡੀ ਕਿਸਮਤ ਵਧਾਉਣ ਵਿੱਚ ਤੁਹਾਡੀ ਸਹਾਇਤਾ ਕਰ ਸਕਦਾ ਹੈ। ਅੱਜ ਤੁਸੀਂ ਧਨ ਦੌਲਤ ਦਾ ਆਨੰਦ ਮਾਣੋਗੇ। ਆਮਦਨੀ ਦੇ ਵੱਖ ਵੱਖ ਸਰੋਤਾਂ ਦੀ ਜਾਂਚ ਕਰੋ ਅਤੇ ਫਾਈਨਲਾਈਜ਼ ਕਰੋ ਕਿ ਵੈਦਰ ਦੀਜ਼ ਆਰ ਪ੍ਰੋਫਿਟੇਬਲ ਫਾਰ ਯੂ ਔਰ ਨੋਟ। ਤੇ ਹੁਣ ਗੱਲ ਕਰਦੇ ਹਾਂ ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਦੀ। ਟਰਾਈ ਟੂ ਸਪੈਂਡ ਯੂਅਰ ਟਾਈਮ ਐਜ ਸਿੰਪਲੀ ਐਜ ਪੋਸੀਬਲ। ਕਿਸੇ ਵੀ ਵੱਡੇ ਕਿਸੇ ਵੀ ਜੀਵਨ ਨੂੰ ਬਦਲਦੇ ਫੈਸਲੇ ਨੂੰ ਅੱਜ ਨਾ ਲਓ ਅਤੇ ਨਵੇਂ ਉਤਪਾਦਾਂ ਨੂੰ ਚਾਲੂ ਕਰਨ ਤੋਂ ਪਰਹੇਜ਼ ਕਰੋ। ਅਣਜਾਣ ਥਾਵਾਂ 'ਤੇ ਯਾਤਰਾ ਕਰਨ ਤੋਂ ਪਰਹੇਜ਼ ਕਰੋ। ਝਗੜਿਆਂ ਵਿੱਚ ਸ਼ਾਮਲ ਨਾ ਹੋਵੋ। ਤੁਹਾਡੇ ਪ੍ਰੈਜੈਂਟ ਵੇ ਆਫ ਲਿਵਿੰਗ ਵਿੱਚ ਤੁਹਾਨੂੰ ਵੱਖ ਵੱਖ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਫਾਈਨੈਂਸ਼ੀਅਲ ਪ੍ਰੋਬਲਮਸ ਵਿੱਚ ਆ ਸਕਦੇ ਹੋ। ਤੇ ਹੁਣ ਗੱਲ ਕਰਦੇ ਹਾਂ ਸਿੰਘ ਯਾਨੀ ਲੀਓ ਰਾਸ਼ੀ ਵਾਲਿਆਂ ਦੀ। ਅੱਜ ਤੁਸੀਂ ਆਪਣੇ ਜੀਵਨ ਸਾਥੀ ਤੋਂ ਬਹੁਤ ਜ਼ਿਆਦਾ ਪਿਆਰ ਅਤੇ ਖੁਸ਼ੀ ਪ੍ਰਾਪਤ ਕਰੋਗੇ। ਟਰੈਵਲਿੰਗ ਵਿਲ ਬੀ ਫੁੱਲ ਆਫ ਐਡਵੈਂਚਰ ਐਂਡ ਹੈਪੀਨੈਸ। ਇਸ ਦਿਨ ਨੂੰ ਆਪਣੀ ਲਾਈਫ ਦੇ ਪ੍ਰੈਜ਼ੈਂਟ ਟ੍ਰੈਂਡਸ ਦੀ ਨਜ਼ਦੀਕੀ ਪੜਤਾਲ ਕਰਨ ਲਈ ਅਤੇ ਭਵਿੱਖ ਦੇ ਫੈਸਲੇ ਕਰਨ ਲਈ ਵਰਤੋ। ਅੱਜ ਤੁਸੀਂ ਦੌਲਤ ਪ੍ਰਾਪਤ ਕਰ ਸਕਦੇ ਹੋ। ਆਪਣੇ ਸਾਥੀਆਂ ਅਤੇ ਸਹਿਯੋਗੀਆਂ ਪ੍ਰਤੀ ਸਮਝ ਦੀ ਭਾਵਨਾ ਵਧਾਓ ਅਤੇ ਉਹਨਾਂ ਦਾ ਸਤਿਕਾਰ ਕਰੋ। ਤੇ ਹੁਣ ਗੱਲ ਕਰਦੇ ਹਾਂ ਵਰਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਦੀ। ਯੂ ਆਰ ਐਡਵਾਈਜ਼ਡ ਟੂ ਲੀਡ ਅ ਸਿੰਪਲ ਲਾਈਫ ਟੂਡੇ। ਨਵੇਂ ਸੌਦੇ ਨੂੰ ਅੰਤਮ ਰੂਪ ਦੇਣ ਤੋਂ ਜਾਂ ਅਹਿਮ ਫੈਸਲੇ ਲੈਣ ਤੋਂ ਅੱਜ ਬਚੋ। ਅੱਜ ਤੁਸੀਂ ਜੋ ਵੀ ਕਰਦੇ ਹੋ ਉਸ ਵਿੱਚ ਤੁਸੀਂ ਸ਼ਾਇਦ ਬਹੁਤ ਸਫਲ ਨਾ ਹੋਵੋ, ਇਸ ਲਈ ਕਿਸੇ ਵੀ ਤਰ੍ਹਾਂ ਦੇ ਵਿਵਾਦ ਤੋਂ ਬਚੋ। ਮਾਨਸਿਕ ਦਰਦ ਅਤੇ ਪੀੜਾ ਦੀ ਹਾਲਤ ਵਿੱਚੋਂ ਲੰਘਦਿਆਂ ਥੋੜ੍ਹਾ ਆਰਾਮ ਕਰਨ ਦੀ ਕੋਸ਼ਿਸ਼ ਕਰੋ। ਬਟ ਨੈਵਰ ਰਿਜ਼ੋਰਟ ਟੂ ਅਲਕੋਹਲਿਕ ਡਰਿੰਕਸ। ਅਨਨੋਨ ਪਲੇਸਿਸ ਦੀ ਯਾਤਰਾ ਨਾ ਕਰੋ। ਯੂ ਮੇ ਫੀਲ ਅਗਰੈਸਿਵ ਟੂਡੇ ਬਟ ਯੂ ਸ਼ੁੱਡ ਟਰਾਈ ਟੂ ਕੰਟਰੋਲ ਯੋਰ ਅਗਰੈਸਿਵਨੈਸ। ਹੁਣ ਗੱਲ ਕਰਦੇ ਹਾਂ ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਦੀ। ਟੂਡੇ ਯੋਰ ਮਾਇੰਡ ਵਿਲ ਸੀਕ ਵਰਲਡਲੀ ਪਲੇਜਰਸ। ਪਿਆਰ ਅਤੇ ਵਿਆਹ ਤੁਹਾਨੂੰ ਬਹੁਤ ਹੀ ਖੁਸ਼ੀ ਦੇਵੇਗਾ। ਰਿਵਿਊ ਦਾ ਕੋਰਸ ਆਫ ਯੋਰ ਲਾਈਫ ਅਤੇ ਇਹ ਪਤਾ ਲਗਾਓ ਕਿ ਤੁਸੀਂ ਅਨੁਕੂਲ ਦਿਸ਼ਾ ਵੱਲ ਵੱਧ ਰਹੇ ਹੋ ਜਾਂ ਅਨਿਸ਼ਚਿਤ ਦਿਸ਼ਾ ਵੱਲ ਵੱਧ ਰਹੇ ਹੋ। ਅੱਜ ਤੁਸੀਂ ਕਿਸੇ ਫਾਈਨੈਂਸ਼ੀਅਲ ਇਨਵੈਸਟਮੈਂਟ ਲਈ, ਸੇਲ ਪਰਚੇਜ਼ ਲਈ ਜਾਂ ਕਿਸੇ ਯਾਤਰਾ ਲਈ ਜਾ ਸਕਦੇ ਹੋ। ਅਜਨਬੀਆਂ ਨਾਲ ਗੱਲ ਕਰਨ ਤੋਂ ਬਚੋ। ਜੇ ਤੁਸੀਂ ਆਪਣੇ ਕਰੀਅਰ ਲਈ ਅੱਜ ਕੋਈ ਜ਼ੋਰ ਲਗਾਉਂਦੇ ਹੋ ਤਾਂ ਅੱਜ ਇਹ ਵਧੇਰੇ ਲਾਭਕਾਰੀ ਸਿੱਧ ਹੋ ਸਕਦਾ ਹੈ। ਤੇ ਹੁਣ ਗੱਲ ਕਰਦੇ ਹਾਂ ਸਕੋਰਪੀਓ ਯਾਨੀ ਵ੍ਰਿਸ਼ਕ ਰਾਸ਼ੀ ਦੀ। ਤੁਹਾਨੂੰ ਅੱਜ ਕੋਈ ਨਵਾਂ ਪ੍ਰੋਜੈਕਟ ਨਹੀਂ ਲੈਣਾ ਚਾਹੀਦਾ ਜਾਂ ਕੋਈ ਖਰੀਦਦਾਰੀ ਅੱਜ ਨਹੀਂ ਕਰਨੀ ਚਾਹੀਦੀ, ਪਰ ਤੁਸੀਂ ਸਫ਼ਰ ਲਈ ਜਾ ਸਕਦੇ ਹੋ। ਤੁਸੀਂ ਅੱਜ ਡਿਸਟਰਬਡ ਜਾਂ ਇਰੀਟੇਟਿਡ ਰਹਿ ਸਕਦੇ ਹੋ। ਤੁਹਾਡਾ ਮਨ ਅਵਿਸ਼ਵਾਸ ਨਾਲ ਭਰਿਆ ਰਹਿ ਸਕਦਾ ਹੈ।
ਜੇ ਤੁਸੀਂ ਕਿਸੇ ਬਿਮਾਰੀ ਤੋਂ ਪੀੜਤ ਹੋ ਤਾਂ ਡਾਕਟਰ ਨਾਲ ਗੱਲ ਕਰਨਾ ਬਿਹਤਰ ਰਹੇਗਾ। ਅੱਜ ਲੋਨ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਮਾਮਲਿਆਂ ਵਿੱਚ ਸ਼ਾਮਲ ਨਾ ਹੋਵੋ। ਤੇ ਹੁਣ ਗੱਲ ਕਰਦੇ ਹਾਂ ਸੈਗਿਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਦੀ। ਇਹ ਉਹ ਦਿਨ ਹੈ ਜੋ ਤੁਹਾਡੇ ਭਵਿੱਖ ਨੂੰ ਸਹੀ ਢੰਗ ਨਾਲ ਬਿਤਾਉਣ ਵਿੱਚ ਤੁਹਾਡੀ ਮਦਦ ਕਰੇਗਾ, ਇਸ ਲਈ ਇਸ ਨੂੰ ਧਿਆਨ ਨਾਲ ਖਰਚ ਕਰੋ। ਯੂ ਮੇ ਗੈਟ ਇਰੀਟੇਟਿਡ ਔਰ ਰਿਮੇਨ ਡਿਸਟਰਬ ਟੂਡੇ ਬਟ ਨੈਵਰ ਗੈਟ ਇਨ ਟੂ ਐਨੀ ਡਿਸਪਿਊਟ। ਜੋ ਵੀ ਤੁਸੀਂ ਅੱਜ ਧਿਆਨ ਨਾਲ ਪੜ੍ਹੋਗੇ ਉਹ ਅੱਜ ਬੈਟਰ ਮੈਮੋਰਾਈਜ਼ ਹੋਏਗਾ। ਅਧਿਐਨ ਜਾਂ ਪ੍ਰੀਖਿਆ ਦੇ ਖੇਤਰ ਵਿੱਚ ਅੱਜ ਤੁਸੀਂ ਸਫਲ ਰਹੋਗੇ। ਐਕਸਰਸਾਈਜ਼ ਐਕਸਟ੍ਰੀਮ ਕੌਸ਼ਨ ਇਨ ਫੂਡ ਐਂਡ ਡਰਿੰਕ, ਨਹੀਂ ਤਾਂ ਪੇਟ ਦੀ ਕਿਸੇ ਵੀ ਪ੍ਰੋਬਲਮ ਤੋਂ ਪੀੜਤ ਹੋ ਸਕਦੇ ਹੋ। ਤੇ ਹੁਣ ਗੱਲ ਕਰਦੇ ਹਾਂ ਕੈਪਰੀਕੋਨ ਯਾਨੀ ਮਕਰ ਰਾਸ਼ੀ ਵਾਲਿਆਂ ਦੀ। ਤੁਹਾਨੂੰ ਅੱਜ ਸੇਲ ਐਂਡ ਪਰਚੇਸ ਡੀਲਸ ਵਿੱਚ ਸ਼ਾਮਲ ਹੋਣ, ਮਹੱਤਵਪੂਰਨ ਫੈਸਲੇ ਲੈਣ, ਨਵੇਂ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ, ਵਿੱਤੀ ਨਿਵੇਸ਼ ਕਰਨ, ਯਾਤਰਾ ਕਰਨ ਅਤੇ ਲੋਨ ਟ੍ਰਾਂਜੈਕਸ਼ਨ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਅੱਜ ਤੁਸੀਂ ਚਿੰਤਾ, ਪੈਨਿਕ, ਧਾਰਮਿਕ ਅਸਥਿਰਤਾ ਅਤੇ ਬੁਰੇ ਵਿਚਾਰਾਂ ਦਾ ਅਨੁਭਵ ਕਰ ਸਕਦੇ ਹੋ। ਪਾਣੀ ਨਾਲ ਸੰਬੰਧਿਤ ਮਾਮਲਿਆਂ ਵਿੱਚ ਸਾਵਧਾਨੀ ਵਰਤੋ ਅਤੇ ਪਾਲਤੂ ਜਾਨਵਰਾਂ ਬਾਰੇ ਸਾਵਧਾਨ ਰਹੋ। ਲੋਕ ਤੁਹਾਡੇ ਵਿਰੁੱਧ ਹੋ ਸਕਦੇ ਨੇ ਪਰ ਤੁਹਾਨੂੰ ਇਸ ਨੂੰ ਨਜ਼ਰ ਅੰਦਾਜ਼ ਕਰਨਾ ਪਏਗਾ। ਹੁਣ ਗੱਲ ਕਰਦੇ ਹਾਂ ਐਕੁਏਰੀਅਸ ਯਾਨੀ ਕੁੰਭ ਰਾਸ਼ੀ ਵਾਲਿਆਂ ਦੀ। ਇਹ ਤੁਹਾਡੇ ਲਈ ਜਿੱਤ ਦਾ ਦਿਨ ਹੈ। ਅੱਜ ਤੁਸੀਂ ਪ੍ਰਸਿੱਧੀ ਪ੍ਰਾਪਤ ਕਰੋਗੇ। ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੇ ਰਾਹ ਤੋਂ ਸਾਰੀਆਂ ਰੁਕਾਵਟਾਂ ਹਟਾ ਦਿੱਤੀਆਂ ਗਈਆਂ ਨੇ। ਤੁਹਾਨੂੰ ਜ਼ਿੰਦਗੀ ਪ੍ਰਤੀ ਵਿਸ਼ੇਸ਼ ਦਿਲਚਸਪੀ ਹੋਏਗੀ ਅਤੇ ਵੱਖ ਵੱਖ ਅਸਾਈਨਮੈਂਟਸ ਲੈਣ ਲਈ ਤੁਹਾਨੂੰ ਉਤਸ਼ਾਹ ਮਿਲੇਗਾ। ਤੁਹਾਨੂੰ ਮੈਰਿਟ ਲਾਈਫ ਤੋਂ ਵੀ ਖੁਸ਼ੀ ਹਾਸਲ ਹੋਏਗੀ। ਅੱਜ ਤੁਸੀਂ ਆਪਣੇ ਛੋਟੇ ਭਰਾ ਜਾਂ ਭੈਣ ਅਤੇ ਹੋਰਨਾਂ ਵੱਲ ਮਦਦ ਦਾ ਹੱਥ ਵਧਾਓ। ਤੇ ਆਖਿਰ ਵਿੱਚ ਗੱਲ ਕਰਦੇ ਹਾਂ ਪਾਈਸਿਸ ਯਾਨੀ ਮੀਨ ਰਾਸ਼ੀ ਦੀ। ਅਵੋਇਡ ਟੇਕਿੰਗ ਲੋਨਸ ਟੂਡੇ। ਨਿਵੇਸ਼ ਅਤੇ ਸੇਲ ਐਂਡ ਪਰਚੇਜ਼ ਆਫ ਮਟੀਰੀਅਲਸ ਆਦਿ ਦੇ ਸੰਬੰਧ ਵਿੱਚ ਦੇਰੀ ਕਰਨਾ ਹੀ ਬਿਹਤਰ ਰਹੇਗਾ। ਅੱਜ ਤੁਸੀਂ ਆਪਣੀ ਫੂਡ ਹੈਬਿਟਸ ਵੱਲ ਵਧੇਰੇ ਧਿਆਨ ਦਿਓ। ਅੱਜ ਤੁਸੀਂ ਵਿਵਾਦਾਂ ਤੋਂ ਵੀ ਬਚੋ ਅਤੇ ਨਰਮ ਬੋਲ ਬੋਲੋ। ਟੇਕ ਨੋਟ ਆਫ ਯੋਰ ਰਿਲੇਸ਼ਨਸ਼ਿਪਸ ਐਂਡ ਅਵੋਇਡ ਮਿਕਸਿੰਗ ਵਿਦ ਸਟ੍ਰੇਂਜਰਸ। ਅਣਜਾਣ ਥਾਵਾਂ ਤੇ ਜਾਣ ਤੋਂ ਵੀ ਬਚੋ। ਤੁਸੀਂ ਕਿਸੇ ਵਿਦਿਅਕ ਸੰਸਥਾਨ ਵਿੱਚ ਦਾਖਲ ਹੋਣ ਦੇ ਆਪਣੇ ਯਤਨਾਂ ਨੂੰ ਅੱਗੇ ਵਧਾ ਸਕਦੇ ਹੋ। ਇਹ ਸੀ 12 ਰਾਸ਼ੀਆਂ ਦਾ ਅੱਜ ਦਾ ਰਾਸ਼ੀ ਫਲ। ਹੁਣ ਤੁਹਾਨੂੰ ਉਸ ਬਾਰੇ ਦੱਸ ਦਈਏ ਜਿਸ ਬਾਰੇ ਅਸੀਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਗੱਲ ਕੀਤੀ ਸੀ। ਜੇ ਤੁਸੀਂ ਵੀ ਵਿਦੇਸ਼ ਜਾਣ ਦੀ ਸੋਚ ਰਹੇ ਹੋ ਤੇ ਹਰ ਮੁਮਕਿਨ ਕੋਸ਼ਿਸ਼ ਦੇ ਬਾਅਦ ਵੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ ਹੈ, ਤਾਂ ਹੋ ਸਕਦਾ ਹੈ ਕਿ ਤੁਸੀਂ ਕਿਸੇ ਗਲਤ ਦਿਨ ਜਾਂ ਗਲਤ ਘੜੀ ਵਿੱਚ ਫਾਈਲ ਲਗਾ ਰਹੇ ਹੋ। ਤੁਹਾਡੇ ਗ੍ਰਹਾਂ ਦੀ ਚਾਲ ਤੁਹਾਡੇ ਭਵਿੱਖ ਨੂੰ ਵਿਗਾੜ ਵੀ ਸਕਦੀ ਹੈ ਜਾਂ ਫਿਰ ਸੁਧਾਰ ਵੀ ਸਕਦੀ ਹੈ। ਇਸ ਲਈ ਰਿਫਿਊਜ਼ਲ ਕੇਸਿਸ ਹੋਣ ਜਾਂ ਨਵੇਂ ਕੇਸਿਸ, ਆਪਣੀ ਵੀਜ਼ਾ ਰਿਕੁਆਇਰਮੈਂਟਸ ਦੇ ਨਾਲ ਨਾਲ ਆਪਣੀ ਕੁੰਡਲੀ ਦੀ ਗ੍ਰਹਿ ਦਸ਼ਾ ਨੂੰ ਸਮਝਦੇ ਹੋਏ ਹੀ ਫਾਈਲ ਲਗਾਓ। ਇਸ ਸੰਬੰਧੀ ਤੁਸੀਂ ਸਾਨੂੰ ਹੇਠਾਂ ਲਿਖੇ ਨੰਬਰ ਤੇ ਕੰਟੈਕਟ ਕਰਕੇ ਵਧੇਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਤੁਹਾਡੀ ਹਰ ਵੀਜ਼ਾ ਰਿਕੁਆਇਰਮੈਂਟ ਨੂੰ ਇੱਥੇ ਪ੍ਰੋਪਰ ਤਰੀਕੇ ਨਾਲ ਹੈਂਡਲ ਕੀਤਾ ਜਾਏਗਾ। ਤੁਹਾਨੂੰ ਇਹ ਵੀਡੀਓ ਕਿਹੋ ਜਿਹਾ ਲੱਗਿਆ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਜੇ ਵੀਡੀਓ ਪਸੰਦ ਆਇਆ ਤੇ ਲਾਈਕ ਤੇ ਸ਼ੇਅਰ ਕਰਨਾ ਵੀ ਨਾ ਭੁੱਲਣਾ। ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਸਕਦੇ ਹੋ ਤੇ ਨਵੀਂ ਵੀਡੀਓ ਦੇ ਅਪਡੇਟਸ ਲਈ ਬੈਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ। ਫਿਲਹਾਲ ਸਾਡਾ ਅੱਜ ਦਾ ਇਹ ਰਾਸ਼ੀਫਲ ਇੱਥੇ ਹੀ ਖਤਮ ਹੁੰਦਾ ਹੈ। ਕੱਲ੍ਹ ਦਾ ਰਾਸ਼ੀਫਲ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।